ਤੁਸੀਂ ਪੰਜਾਬ ਦਾ ਇਸ ਵੇਲੇ ਤਮਾਸ਼ਾ ਦੇਖਣਾ ਜ਼ਿਆਦਾ ਚੰਗਾ ਸਮਝਦੇ ਹੋ। ਮੈਨੂੰ ਪਤਾ ਨਸ਼ੇ ਵਾਲੇ ਤਾਂ ਇੱਕ ਹਫ਼ਤੇ ਚ ਪਹੁੰਚਾ ਦੇਣਗੇ ਜਦੋਂ ਸਾਡੀ ਸਰਕਾਰ। ਅਗਰ ਤੁਸੀਂ ਚਾਹੋ ਤੇ ਤੁਸੀਂ ਕੁਛ ਵੀ ਕਰ ਸਕਦੇ ਹੋ। 83 ਕਿਲੋ ਹੀਰੋਇਨ ਵੀ ਤਰਨ ਤਾਰਨ ਲਈ ਬੜੀ ਸੀ। ਅੱਜ ਪੰਜਾਬ ਦੇ ਵਿੱਚ ਬੀਜੇਪੀ ਆਗੂ ਇਕਬਾਲ ਸਿੰਘ ਲਾਲਪੁਰਾ ਜੀ ਦੇ ਬਿਆਨ ਆਏ ਜਿੱਥੇ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਤਾਂ ਉਹ 1 ਮਹੀਨੇ ਦੇ ਵਿੱਚ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਬਣਾ ਸਕਦੇ ਨੇ। ਮੈਂ ਦੱਸਣਾ ਚਾਹਾਂਗੀ ਨਾਰਕੋਟਿਕਸ ਜੈਸੇ ਡਿਪਾਰਟਮੈਂਟ ਸੈਂਟਰ ਵੱਲੋਂ ਚਲਾਏ ਜਾਂਦੇ ਨੇ। ਅਗਰ ਤੁਸੀਂ ਚਾਹੋ ਤੇ ਪੰਜਾਬ ਦੇ ਨਾਲ ਮਿਲ ਕੇ ਤੁਸੀਂ ਪੰਜਾਬ ਦਾ ਨਸ਼ਾ ਮੁਕਤ ਪੰਜਾਬ ਬਣਾ ਸਕਦੇ ਹੋ। ਬਟ ਮੈਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਦਾ ਇਸ ਵੇਲੇ ਤਮਾਸ਼ਾ ਦੇਖਣਾ ਜ਼ਿਆਦਾ ਚੰਗਾ ਸਮਝਦੇ ਹੋ, ਕਿਉਂਕਿ ਅਗਰ ਕੋਈ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕੰਮ ਕੀਤਾ ਜਾਏਗਾ ਔਰ ਤੁਹਾਨੂੰ ਲੱਗਦਾ ਉਹਦਾ ਕ੍ਰੈਡਿਟ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਦਿੱਤਾ ਜਾਏਗਾ। ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗੀ ਕਿ ਜਿਸ ਵੇਲੇ ਬੀਜੇਪੀ ਆਗੂ ਬੱਗਾ ਜੀ ਨੂੰ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਪੈਸ਼ਲੀ ਪੁਲਿਸ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਸੀ ਤੇ ਤੁਹਾਡੀ ਸਰਕਾਰ ਨੇ ਹਰਿਆਣਾ ਦੇ ਉਹਨਾਂ ਨੂੰ ਬਾਰਡਰ ਤੋਂ ਪਕੜ ਕੇ ਵਾਪਸ ਲੈ ਕੇ ਘਰ ਪਹੁੰਚਾਇਆ ਸੀਗਾ। ਸੋ ਇਹਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਕੋਲੋਂ ਪੰਜਾਬ ਸਰਕਾਰ ਨਾਲੋਂ ਜ਼ਿਆਦਾ ਪਾਵਰਾਂ ਨੇ। ਅਗਰ ਤੁਸੀਂ ਚਾਹੋ ਤੇ ਤੁਸੀਂ ਕੁਛ ਵੀ ਕਰ ਸਕਦੇ ਹੋ। ਅਗਰ ਕੋਈ ਪੰਜਾਬ ਕੁਛ ਗਲਤ ਕੰਮ ਕਰ ਰਿਹਾ ਇੱਥੋਂ ਇਹ ਜ਼ਾਹਿਰ ਹੋ ਰਿਹਾ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਤਮਾਸ਼ਾ ਦੇਖਣਾ ਜ਼ਿਆਦਾ ਚੰਗਾ ਸਮਝਦੇ ਹੋ ਔਰ ਮਿਲ ਕੇ ਕੰਮ ਕਰਨ ਨੂੰ ਇੱਕ ਦੂਸਰੇ ਨੂੰ ਕ੍ਰੈਡਿਟ ਦੇਣ ਨਾਲੋਂ ਪੰਜਾਬ ਕਿੱਥੇ ਜਾਏਗਾ, ਪੰਜਾਬ ਤੱਕੇ ਖਾਂਦਾ ਰਹੇਗਾ। ਐਸੇ ਬਿਆਨ ਦੇਣ ਨਾਲੋਂ ਮੇਰੇ ਖਿਆਲ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਪੰਜਾਬ 'ਚ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਪੂਰੀ ਉਮੀਦ ਰੱਖਣੀ ਚਾਹੀਦੀ ਹੈ।